ਅਸੀਂ ਕੰਬੀਨੇਸ਼ਨਲ ਸਰਕਟਸ ਡਿਸਕਸ ਕਰ ਰਹੇ ਹਾਂ। ਪਿਛਲੀ ਵਾਰ ਅਸੀਂ ਹਾਫ ਐਡਰ ਅਤੇ ਫੁੱਲ ਐਡਰ ਕੀਤਾ ਸੀ, ਅੱਜ ਅਸੀਂ ਕਰਾਂਗੇ ਹਾਫ ਸਬਟ੍ਰੈਕਟਰ ਅਤੇ ਫੁੱਲ ਸਬਟ੍ਰੈਕਟਰ। ਹਾਫ ਸਬਟ੍ਰੈਕਟਰ ਜਦੋਂ ਹੀ ਅਸੀਂ ਕੋਈ ਕੰਬੀਨੇਸ਼ਨ ਸਰਕਟ ਬਣਾਉਣਾ, ਸਾਰਿਆਂ ਨੂੰ ਪਹਿਲਾਂ ਅਸੀਂ ਬਣਾਉਂਦੇ ਹਾਂ ਉਹਦਾ ਬਲੌਕ ਡਾਇਗਰਾਮ। ਹਾਫ ਸਬਟ੍ਰੈਕਟਰ ਦੇ ਵਿੱਚ ਦੋ ਇਨਪੁੱਟਸ ਹੁੰਦੀਆਂ, ਦੋ ਆਊਟਪੁੱਟਸ ਹੁੰਦੀਆਂ। ਜਿਵੇਂ ਕਿ ਹਾਫ ਐਡਰ ਦੇ ਵਿੱਚ ਦੋ ਇਨਪੁੱਟਸ ਅਤੇ ਦੋ ਆਊਟਪੁੱਟਸ, ਤਾਂ ਹਾਫ ਸਬਟ੍ਰੈਕਟਰ ਦੇ ਵਿੱਚ ਵੀ ਦੋ ਇਨਪੁੱਟਸ ਅਤੇ ਦੋ ਆਊਟਪੁੱਟਸ। ਇੱਕ ਇਹਦੇ 'ਚ ਹੁੰਦਾ ਡਿਫਰੈਂਸ ਆਊਟਪੁੱਟ ਅਤੇ ਇੱਕ ਹੁੰਦਾ ਬਾਰੂ, ਡਿਫਰੈਂਸ ਅਤੇ ਬਾਰੂ। ਅਸੀਂ ਹੁਣ ਇਹ ਦੋ ਇਨਪੁੱਟਸ ਦੇ ਪੋਸੀਬਲ ਕੰਬੀਨੇਸ਼ਨ ਲਈਏ। ਦੋ ਇਨਪੁੱਟਸ ਹੋ ਗਈਆਂ ਏ ਅਤੇ ਬੀ, ਪੋਸੀਬਲ ਕੰਬੀਨੇਸ਼ਨ 00 01 10 1 1। ਇੱਕ ਲੈ ਲਈਏ ਅਸੀਂ ਡਿਫਰੈਂਸ ਅਤੇ ਇੱਕ ਜਗ੍ਹਾ 'ਤੇ ਕੀ ਲੈ ਲਈਏ ਅਸੀਂ ਬਾਰੋ। 0 ਚੋਂ ਜੇ 0 ਮਾਇਨਸ ਕਰੀਏ, ਡਿਫਰੈਂਸ ਵੀ 0 ਹੁੰਦਾ ਅਤੇ ਬਾਰੋ ਵੀ 0 ਹੁੰਦਾ। 0 ਚੋਂ ਅਸੀਂ ਮਾਈਨਸ 1 ਕਰੀਏ, ਉਸ ਵੇਲੇ ਡਿਫਰੈਂਸ ਵੀ 1 ਹੁੰਦਾ ਅਤੇ ਬਾਰੋ ਵੀ 1 ਹੁੰਦਾ। 0 ਚੋਂ ਮਾਈਨਸ 1 ਕਰੀਏ, ਡਿਫਰੈਂਸ 1 ਅਤੇ ਬਾਰੋ ਵੀ 1। 1 ਚੋਂ 0 ਮਾਈਨਸ ਕਰੀਏ, ਡਿਫਰੈਂਸ 1, ਬਾਰੋ ਕਿੰਨਾ? 0। 1 ਚੋਂ 1 ਮਾਈਨਸ ਕਰੀਏ, ਡਿਫਰੈਂਸ 0 ਅਤੇ ਬਾਰੋ ਵੀ ਕਿੰਨਾ? 0। ਇਸ ਤੋਂ ਅਗਲਾ ਸਟੈਪ ਹੁੰਦਾ ਹੈ, ਅਸੀਂ ਇਹਨੂੰ ਕੇ ਮੈਪ ਦੇ ਵਿੱਚ ਲੈ ਜਾਈਏ। 2 ਵੇਰੀਏਬਲ ਕੇ ਮੈਪ ਲੱਗੂਗਾ। ਇੱਥੇ ਲਿਖ ਲਓ ਏ ਏ ਬੀ 01 01, ਠੀਕ ਹੈ। ਇੱਕ ਡਿਫਰੈਂਸ ਲਈ ਅਤੇ ਇੱਕ ਕਿਹਦੇ ਲਈ? ਬਾਰੋ ਲਈ। 0 1 2 3, ਇਹ ਹੋ ਗਿਆ ਤੁਹਾਡਾ ਏ ਬਾਰ, ਇਹ ਹੋ ਗਿਆ ਏ, ਇਹ ਹੋ ਗਿਆ ਬੀ ਬਾਰ, ਇਹ ਕੀ ਹੋ ਗਿਆ ਬੀ। ਇੱਥੇ 0, ਇੱਥੇ 1, ਇੱਥੇ 2, ਇੱਥੇ 3। 0 ਵੇਲੇ ਡਿਫਰੈਂਸ ਕਿੰਨਾ? 0 ਹੈ। 1 ਵੇਲੇ ਡਿਫਰੈਂਸ ਕਿੰਨਾ? 1 ਹੈ। 2 ਵੇਲੇ ਡਿਫਰੈਂਸ ਕਿੰਨਾ? 1 ਹੈ। 3 ਵੇਲੇ ਡਿਫਰੈਂਸ ਕਿੰਨਾ? 0 ਹੈ। ਜਿਹੜਾ ਅਸੀਂ ਇੱਥੇ ਡੈਸੀਮਲ 'ਚ ਕਨਵਰਟ ਕੀਤਾ, ਇਹ ਸਾਨੂੰ ਕੇ ਮੈਪ ਫਿੱਲ ਕਰਨ ਲਈ ਸੌਖਾ ਹੋ ਜਾਂਦਾ, ਤਾਂ ਇੱਥੋਂ ਅਸੀਂ ਫਿੱਲ ਕਰ ਸਕਦੇ ਹਾਂ ਕੇ ਮੈਪ ਨੂੰ। ਤਾਂ ਡਿਫਰੈਂਸ ਇਜੀਕਲ ਟੂ ਕਿਹਦੇ ਬਰਾਬਰ ਆ ਗਿਆ? ਇਹਦਾ ਗਰੁੱਪ ਨਾ ਉੱਧਰ ਬਣੇਗਾ ਨਾ ਉੱਧਰ, ਇਹਦਾ ਗਰੁੱਪ ਨਾ ਉੱਧਰ ਨਾ ਉੱਧਰ, ਠੀਕ ਹੈ। ਡਿਫਰੈਂਸ ਪਹਿਲਾਂ ਹੋਰੀਜੈਂਟਲੀ ਏ ਬਾਰ ਬੀ ਔਰ ਏ ਬੀ ਬਾਰ, ਇਹਨੂੰ ਰੀਡ ਕਰਾਂਗੇ ਏ ਬੀ ਬਾਰ, ਤਾਂ ਡਿਫਰੈਂਸ ਇਜੀਕਲ ਟੂ ਆ ਗਿਆ ਏ ਅਗਜ਼ੋਰ ਬੀ। ਕਿਹਦੇ ਬਰਾਬਰ ਆ ਗਿਆ? ਏ ਅਗਜ਼ੋਰ ਬੀ। ਇਸੇ ਤਰ੍ਹਾਂ ਅਸੀਂ ਬਾਰੋ ਲਈ ਕੇ ਮੈਪ ਬਣਾਈਏ। ਬਾਰੋ ਲਈ ਕੇ ਮੈਪ ਸੋਰੀ ਟੂ ਵੇਰੀਏਬਲ ਕੇ ਮੈਪ ਬਣਾਉਣਾ ਸੀ ਬਾਰੋ ਲਈ। ਇੱਥੇ ਲਿਖ ਲਓ ਏ ਮੋਸਟ ਸਿਗਨੀਫਿਕੈਂਟ ਬਿੱਟ, ਜਿਹੜਾ ਘੱਟ ਵਾਰੀ ਚੇਂਜ ਹੁੰਦਾ। ਇੱਥੇ ਬੀ 01 01, ਇਹ 0, ਇਹ 1, ਇਹ 2, ਇਹ 3। 0 ਵੇਲੇ ਬਾਰੋ ਕਿੰਨਾ? 0 ਹੈ।
1 ਵੇਲੇ 12 ਕਿੰਨਾ 1 ਹੈ, 2 ਵੇਲੇ 12 ਕਿੰਨਾ 0 ਹੈ, 3 ਵੇਲੇ 12 ਕਿੰਨਾ 0 ਹੈ। ਠੀਕ ਹੈ, ਇਹ ਹੋ ਗਿਆ A ਬਾਰ, ਇਹ ਹੋ ਗਿਆ A, ਇਹ ਹੋ ਗਿਆ B ਬਾਰ, ਇਹ ਹੋ ਗਿਆ B। ਤਾਂ 12 ਇਜ਼ ਇਕੁਅਲ ਟੂ ਕਿਹਦੇ ਬਰਾਬਰ ਆ ਗਿਆ, ਇੱਧਰੋਂ ਆ ਗਿਆ ਤੁਹਾਡਾ A ਬਾਰ, ਇੱਧਰੋਂ ਕੀ ਆ ਗਿਆ ਐਂਡ B। ਠੀਕ ਹੈ, ਇਸ ਤੋਂ ਬਾਅਦ ਲਾਸਟ ਸਟੈਪ ਹੁੰਦਾ ਇਹਦਾ ਸਰਕਟ ਬਣਾ ਦਿਓ, ਲਾਸਟ ਸਟੈਪ ਇਹਦਾ ਸਰਕਟ ਬਣਾ ਦਿਓ। A ਅਤੇ B ਦਾ ਐਗਜ਼ੋਰ ਲਓ, ਇਹ ਹੋ ਗਿਆ ਤੁਹਾਡਾ ਡਿਫਰੈਂਸ, ਅਤੇ A ਅਤੇ B ਦਾ ਤੁਸੀਂ ਕੀ ਹੈ ਐਂਡ ਲੈ ਲਓ, ਸੋਰੀ A ਬਾਰ B ਚਾਹੀਦਾ ਸਾਨੂੰ, A ਅਤੇ ਵਿੱਚ ਕੀ ਲਾ ਦਿਓ ਤੁਸੀਂ ਨੋਟ ਗੇਟ ਲਾ ਦਿਓ, A ਬਾਰ ਬਣ ਗਿਆ, ਇੱਧਰੋਂ B ਲੈ ਲਿਆ, ਇਹ ਆ ਗਿਆ ਤੁਹਾਡਾ 12 A ਬਾਰ B, ਤਾਂ ਇਹ ਤੁਹਾਡਾ ਸਰਕਟ ਬਣ ਗਿਆ ਹਾਫ ਸਬਟਰੈਕਟਰ ਦਾ। ਇਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ ਫੁੱਲ ਸਬਟਰੈਕਟਰ। ਫੁੱਲ ਸਬਟਰੈਕਟਰ ਦੇ ਵਿੱਚ ਕਿੰਨੀਆਂ ਹੁੰਦੀਆਂ, 3 ਇਨਪੁੱਟਸ ਹੁੰਦੀਆਂ, ਫੁੱਲ ਸਬਟਰੈਕਟਰ ਦੇ ਵਿੱਚ 3 ਇਨਪੁੱਟਸ ਹੁੰਦੀਆਂ। ਫੁੱਲ ਸਬਟਰੈਕਟਰ ਇਹਦੇ ਵਿੱਚ 3 ਇਨਪੁੱਟਸ ਲਵਾਂਗੇ ਅਸੀਂ। ਪਹਿਲਾਂ ਬਲੋਕ ਡਾਇਗਰਾਮ ਬਣਾਓ, ਬਲੋਕ ਡਾਇਗਰਾਮ ਦੇ ਵਿੱਚ 3 ਇਨਪੁੱਟਸ ਲੈ ਲਓ ਫੁੱਲ ਸਬਟਰੈਕਟਰ, ਏ ਬੀ ਅਤੇ ਸੀ। ਠੀਕ ਹੈ, 2 ਆਊਟਪੁੱਟਸ ਹੁੰਦੀਆਂ ਇਹਦੀਆਂ, ਇੱਕ ਡਿਫਰੈਂਸ ਅਤੇ ਇੱਕ ਕੀ ਹੁੰਦਾ 12, 2 ਆਊਟਪੁੱਟਸ। ਏ ਬੀ ਸੀ ਦੇ ਪੋਸੀਬਲ ਕੰਬੀਨੇਸ਼ਨ ਲੈ ਲਓ, ਟਰੁੱਥ ਟੇਬਲ ਬਣਾਉਣਾ ਅਸੀਂ ਇਹਦਾ, ਏ ਬੀ ਸੀ ਦੇ ਪੋਸੀਬਲ ਕੰਬੀਨੇਸ਼ਨ, ਇੱਥੇ ਡਿਫਰੈਂਸ ਅਤੇ ਇੱਥੇ ਕੀ ਆਜੂਗਾ ਤੁਹਾਡਾ 12। ਏ ਬੀ ਦੇ ਪੋਸੀਬਲ ਕੰਬੀਨੇਸ਼ਨ 0 0 0 0 0 1, 0 1 0 0 1 1 1 0 0 1 0 1 1 1 0 ਅਤੇ 1111। ਡਿਫਰੈਂਸ ਏ 'ਚੋਂ ਪਹਿਲਾਂ ਬੀ ਨੂੰ ਘਟਾਉਣਾ, ਜਿਹੜਾ ਆਂਸਰ ਆ ਗਿਆ ਉਹਦੇ ਵਿੱਚੋਂ ਸੀ ਨੂੰ ਘਟਾਉਣਾ, 0 'ਚੋਂ 0 ਘਟਾਇਆ 0, ਫਿਰ 0 ਘਟਾਇਆ ਡਿਫਰੈਂਸ ਵੀ 0 ਅਤੇ 12 ਵੀ 0, 0 'ਚੋਂ 0 ਮਾਈਨਸ ਕੀਤਾ 0, 0 'ਚੋਂ 1 ਮਾਈਨਸ ਕੀਤਾ ਡਿਫਰੈਂਸ 1 ਅਤੇ 12 ਵੀ ਕਿੰਨਾ 1, 0 'ਚੋਂ ਮਾਈਨਸ 1 ਕੀਤਾ ਡਿਫਰੈਂਸ 1 12 1, ਉਹਦੇ 'ਚੋਂ 0 ਮਾਈਨਸ ਕੀਤਾ ਤਾਂ ਡਿਫਰੈਂਸ 1 ਅਤੇ 12 1, 0 'ਚੋਂ 1 ਮਾਈਨਸ ਕੀਤਾ 0 ਮਾਈਨਸ 1, ਉਸ ਵੇਲੇ ਡਿਫਰੈਂਸ ਵੀ 1 ਅਤੇ 12 ਵੀ 1। ਠੀਕ ਹੈ, ਇਹਦੇ ਵਿੱਚੋਂ ਫਿਰ ਕੀ ਹੈ ਮਾਈਨਸ 1 ਹੋਰ ਕਰ ਦਿਓ ਤਾਂ ਡਿਫਰੈਂਸ 0 ਹੋ ਗਿਆ ਅਤੇ 12 ਕਿੰਨਾ ਹੋ ਗਿਆ 1, ਇੱਥੇ ਡਿਫਰੈਂਸ 0 ਅਤੇ 12 ਕਿੰਨਾ ਹੋ ਗਿਆ 1, 12 ਸੈੱਟ ਹੋ ਗਿਆ ਸੀਗਾ। 1 'ਚੋਂ 0 ਮਾਈਨਸ ਕੀਤਾ 1, 1 'ਚੋਂ 0 ਕੱਢਿਆ 1, ਫਿਰ 1 'ਚੋਂ 0 ਮਾਈਨਸ ਕੀਤਾ 1 ਆ ਗਿਆ, 1 ਮਾਈਨਸ 1 ਕਿੰਨਾ ਹੋ ਗਿਆ 0, 0 1 ਮਾਈਨਸ 1 0, 0 1 ਮਾਈਨਸ 1 0, 0 'ਚੋਂ ਮਾਈਨਸ 1 ਕੀਤਾ ਡਿਫਰੈਂਸ ਵੀ 1 ਅਤੇ 12 ਵੀ 1। ਅਸੀਂ ਹੁਣ 3 ਵੇਰੀਏਬਲ ਕੇ ਮੈਪ ਲਵਾਂਗੇ, ਇਹ ਤੁਹਾਡਾ ਮੋਸਟ ਸਿਗਨੀਫਿਕੈਂਟ ਬਿੱਟ ਹੈ, ਇਹ ਕੀ ਹੈ ਤੁਹਾਡਾ ਲੀਸਟ ਸਿਗਨੀਫਿਕੈਂਟ ਬਿੱਟ ਹੈ। 3 ਇਨਪੁੱਟ ਵੇਰੀਏਬਲ ਅਸੀਂ ਕੇ ਮੈਪ ਲਈਏ,
ਇੱਕ ਡਿਫਰੈਂਸ ਲਈ ਅਤੇ ਇੱਕ ਕਿਹਦੇ ਲਈ, ਬਾਰੋ ਲਈ। ਆ ਹੋ ਗਿਆ ਤੁਹਾਡਾ ਥ੍ਰੀ ਵੇਰੀਏਬਲ। ਇੱਥੇ ਲਿਖ ਦਿਓ ਏ ਬੀ ਸੀ 00 01 11 10 01। ਇੱਥੇ ਹੋ ਗਿਆ ਤੁਹਾਡਾ ਏ ਬਾਰ ਬੀ ਬਾਰ, ਇਹ ਹੋ ਗਿਆ ਤੁਹਾਡਾ ਏ ਬਾਰ ਬੀ, ਇਹ ਹੋ ਗਿਆ ਏ ਬੀ, ਇਹ ਹੋ ਗਿਆ ਏ ਬੀ ਬਾਰ, ਇੱਥੇ ਹੋ ਗਿਆ ਸੀ ਬਾਰ, ਇੱਥੇ ਸੀ 01 2 3 4 5 6 7। ਇਹਨੂੰ ਡੈਸੀਮਲ 'ਚ ਕਨਵਰਟ ਕਰ ਲਓ, 01 2 3 4 5 6 7। 0 ਵੇਲੇ ਡਿਫਰੈਂਸ ਕਿੰਨਾ 0, 1 ਵੇਲੇ ਡਿਫਰੈਂਸ ਕਿੰਨਾ 1, 2 ਵੇਲੇ ਡਿਫਰੈਂਸ ਕਿੰਨਾ 1, 3 ਵੇਲੇ ਡਿਫਰੈਂਸ ਕਿੰਨਾ 0, 4 ਵੇਲੇ ਡਿਫਰੈਂਸ ਕਿੰਨਾ 1, 5 ਵੇਲੇ ਡਿਫਰੈਂਸ ਕਿੰਨਾ 0, 6 ਵੇਲੇ ਡਿਫਰੈਂਸ ਕਿੰਨਾ 0, 7 ਵੇਲੇ ਡਿਫਰੈਂਸ ਕਿੰਨਾ 1। ਇਹ ਅਸੀਂ ਕੇ ਮੈਪ ਨੂੰ ਫਿੱਲ ਕਰ ਲਿਆ। ਫਿਰ ਅਸੀਂ ਬਾਰੋ ਲਈ ਵੀ ਫਿੱਲ ਕਰਾਂਗੇ ਕੇ ਮੈਪ ਲਈ। ਬਾਰੋ ਲਈ ਕੀ ਬਣ ਗਿਆ, ਇਹ ਹੈਗਾ ਡਿਫਰੈਂਸ ਲਈ, ਅਤੇ ਇੱਕ ਬਾਰੋ ਲਈ ਕੇ ਮੈਪ ਬਣਾਈਏ 3 ਇਨਪੁੱਟਸ ਲੈ ਕੇ। ਏ ਬੀ ਸੀ 00 01 11 10 01, ਇਹ ਬਾਰੋ ਲਈ 01 2 3 4 5 6 7। 0 ਵੇਲੇ ਬਾਰੋ ਕਿੰਨਾ 0, 1 ਵੇਲੇ ਬਾਰੋ ਕਿੰਨਾ 1, 2 ਵੇਲੇ ਬਾਰੋ ਕਿੰਨਾ 1, 3 ਵੇਲੇ ਬਾਰੋ ਕਿੰਨਾ 1, 4 ਵੇਲੇ ਬਾਰੋ ਕਿੰਨਾ 0, 5 ਵੇਲੇ ਬਾਰੋ ਕਿੰਨਾ 0, 6 ਵੇਲੇ ਬਾਰੋ ਕਿੰਨਾ 0, 7 ਵੇਲੇ ਬਾਰੋ ਕਿੰਨਾ 1। ਇਹ ਵੀ ਕੇ ਮੈਪ ਨੂੰ ਅਸੀਂ ਫਿੱਲ ਕਰ ਲਿਆ। ਇਹ ਹੋ ਗਿਆ ਤੁਹਾਡਾ ਏ ਬਾਰ ਬੀ ਬਾਰ, ਇੱਥੇ ਹੋ ਗਿਆ ਏ ਬਾਰ ਬੀ, ਇਹ ਹੋ ਗਿਆ ਏ ਬੀ, ਇਹ ਹੋ ਗਿਆ ਏ ਬੀ ਬਾਰ, ਇੱਥੇ ਕੀ ਆ ਗਿਆ ਸੀ ਬਾਰ, ਅਤੇ ਇੱਥੇ ਆ ਗਿਆ ਸੀ। ਹੁਣ ਇਹਨੂੰ ਰੀਡ ਕਰੀਏ, ਨਾ ਇੱਧਰ ਬਣਦਾ ਨਾ ਇੱਧਰ, ਇਹ ਇਕੱਲਾ ਰਹਿ ਗਿਆ, ਇਹ ਵੀ ਇਕੱਲਾ ਰਹਿ ਗਿਆ, ਠੀਕ ਹੈ 1, ਇਹ ਵੀ ਇਕੱਲਾ ਰਹਿ ਗਿਆ 1, ਇਹ ਵੀ ਇਕੱਲਾ ਰਹਿ ਗਿਆ 1। ਤਾਂ ਇਹਨੂੰ ਕਿਵੇਂ ਰੀਡ ਕਰਾਂਗੇ ਅਸੀਂ, ਏ ਬਾਰ ਬੀ ਬਾਰ ਸੀ ਡਿਫਰੈਂਸ ਇਜ ਇਕਲ ਟੂ, ਇਹ ਪਹਿਲਾਂ ਹੋਰੀਜੈਂਟਲੀ ਏ ਬਾਰ ਬੀ ਬਾਰ ਸੀ, ਫਿਰ ਇਹਨੂੰ ਰੀਡ ਕਰਾਂਗੇ। ਇਹ ਆ ਗਿਆ ਤੁਹਾਡਾ ਏ ਬਾਰ ਬੀ ਸੀ ਬਾਰ, ਬਾਰੋ ਲਈ ਏ ਬੀ ਸੀ, ਇਹ ਆ ਗਿਆ ਤੁਹਾਡਾ ਏ ਬੀ ਬਾਰ ਸੀ ਬਾਰ, ਇੱਧਰੋਂ ਸੀ ਬਾਰ ਆ ਗਿਆ। ਇਹਦੇ 'ਚੋਂ ਏ ਬਾਰ ਕੋਮਨ ਕੱਢ ਲਓ, ਵਿੱਚ ਕੀ ਰਹਿ ਗਿਆ ਬੀ ਬਾਰ ਸੀ ਔਰ ਬੀ ਸੀ ਬਾਰ, ਇਹਦੇ 'ਚੋਂ ਏ ਕੋਮਨ ਕੱਢ ਲਓ, ਬੀ ਸੀ ਔਰ ਬੀ ਬਾਰ ਸੀ ਬਾਰ, ਇਹ ਹੋ ਗਿਆ ਏ ਬਾਰ, ਇਹ ਬਣ ਗਿਆ ਬੀ ਐਗਜ਼ੋਰ ਸੀ, ਏ ਇਹ ਕੀ ਹੈ ਬੀ ਐਗਜ਼ੋਰ ਸੀ ਦਾ ਕੰਪਲੀਮੈਂਟ। ਅਸੀਂ ਬੀ ਐਗਜ਼ੋਰ ਸੀ ਨੂੰ ਕਿੰਨਾ ਮੰਨ ਲਓ, ਏ ਨੂੰ ਮੰਨ ਲਓ ਐਕਸ, ਏ ਨੂੰ ਕਿੰਨਾ ਮੰਨ ਲਓ ਐਕਸ, ਅਤੇ ਬੀ ਐਗਜ਼ੋਰ ਸੀ ਨੂੰ ਕਿੰਨਾ ਮੰਨ ਲਓ ਵਾਈ, ਤਾਂ ਡਿਫਰੈਂਸ ਕਾਹਦੇ ਬਰਾਬਰ ਆ ਗਿਆ,
ਏ ਮੀਨਸ ਐਕਸ ਬਾਰ, ਇਹ ਵਾਈ ਔਰ ਐਕਸ ਵਾਈ ਬਾਰ, ਤਾਂ ਇਹ ਕਾਹਦੇ ਬਰਾਬਰ ਹੋ ਗਿਆ, ਐਕਸ ਅਗਜ਼ੋਰ ਵਾਈ। ਐਕਸ ਦੀ ਵੈਲਿਊ ਕਿੰਨੀ ਹੈ, ਏ ਅਗਜ਼ੋਰ ਬੀ ਅਗਜ਼ੋਰ ਸੀ, ਇਹ ਆ ਗਿਆ ਡਿਫਰੈਂਸ। ਫਿਰ ਬਾਰੋ ਲਈ ਆਹ ਦੋ ਵਨ ਦਾ ਗਰੁੱਪ ਬਣ ਗਿਆ, ਆਹ ਦੋ ਵਨ ਦਾ ਗਰੁੱਪ ਬਣ ਗਿਆ, ਆਹ ਦੋ ਵਨ ਦਾ ਗਰੁੱਪ ਬਣ ਗਿਆ, ਤਾਂ ਬਾਰੋ ਇਜ਼ੀਕਲ ਟੂ ਕਿਹਦੇ ਬਰਾਬਰ ਆ ਗਿਆ। ਇੱਧਰੋਂ ਆ ਕੇ ਪਹਿਲਾਂ ਇਹਨੂੰ ਰੀਡ ਕਰਾਂਗੇ, ਏ ਬਾਰ ਬੀ, ਇਸ ਗਰੁੱਪ ਨੂੰ ਰੀਡ ਕੀਤਾ, ਏ ਬਾਰ ਬੀ ਇਹਨੂੰ ਰੀਡ ਕਰਾਂਗੇ, ਇਹਦੇ 'ਚੋਂ ਏ ਬਾਰ ਆ ਗਿਆ, ਇੱਧਰੋਂ ਆ ਗਿਆ ਸੀ, ਏ ਬਾਰ ਸੀ। ਫਿਰ ਇਹਨੂੰ ਰੀਡ ਕਰਾਂਗੇ ਅਸੀਂ, ਇਹਦੇ 'ਚੋਂ ਬੀ ਆ ਗਿਆ, ਤਾਂ ਇੱਥੋਂ ਕਿੰਨਾ ਆ ਗਿਆ, ਸੀ ਬੀ ਸੀ। ਅਤੇ ਲਾਸਟ 'ਤੇ ਅਸੀਂ ਕੀ ਹੈ, ਇਹਦਾ ਸਰਕਟ ਬਣਾ ਦੇਵਾਂਗੇ। ਲਾਸਟ ਸਟੈਪ ਕੀ ਹੁੰਦਾ, ਸਰਕਟ ਬਣਾਉਣਾ। ਅਤੇ ਪਹਿਲਾਂ ਕੀ ਹੈ, ਬੀ ਐਗਜ਼ੋਰ ਸੀ ਲੈ ਲਓ, ਕਿਉਂਕਿ ਬ੍ਰੈਕਟ ਦੇ ਵਿੱਚ ਹੈ, ਬੀ ਐਗਜ਼ੋਰ ਸੀ ਡਿਫਰੈਂਸ ਦੇ ਵਿੱਚ, ਬ੍ਰੈਕਟ ਦੇ ਵਿੱਚ ਹੈਗਾ ਬੀ ਐਗਜ਼ੋਰ ਸੀ, ਪਹਿਲਾਂ ਬ੍ਰੈਕਟ ਸੋਲਵ ਹੋਊਗੀ, ਬੀ ਐਗਜ਼ੋਰ ਸੀ। ਫਿਰ ਇਹਦਾ ਐਗਜ਼ੋਰ ਕਿਹਦੇ ਨਾਲ ਲੈਣਾ, ਏ ਨਾਲ ਐਗਜ਼ੋਰ ਲੈ ਕੇ, ਇਹ ਹੋ ਗਿਆ ਤੁਹਾਡਾ ਡਿਫਰੈਂਸ, ਠੀਕ ਹੈ। ਅੱਗੇ ਫਿਰ ਹੈਗਾ ਤੁਹਾਡਾ ਬਾਰੋ ਕਾਹਦੇ ਬਰਾਬਰ ਹੈ, ਏ ਬਾਰ ਬੀ, ਇੱਥੇ ਏ ਬਾਰ ਲੈ ਲਓ, ਇੱਕ ਲੈ ਲਓ ਬੀ, ਏ ਬਾਰ ਬੀ, ਠੀਕ ਹੈ। ਇਹਦੇ ਬਾਅਦ ਚਾਹੀਦਾ ਤੁਹਾਨੂੰ ਏ ਬਾਰ ਸੀ, ਏ ਬਾਰ ਸੀ ਇੱਥੋਂ ਹੀ ਲੈ ਲਓ, ਆਹ ਏ ਬਾਰ ਪਿਆ, ਆਹ ਏ ਬਾਰ ਹੋ ਗਿਆ, ਇੱਧਰੋਂ ਲੈ ਲਓ ਸੀ, ਮੀਨਸ ਸੀ ਇਹਦੇ ਨਾਲ ਕਨੈਕਟ ਹੋ ਗਿਆ, ਏ ਬਾਰ ਸੀ। ਫਿਰ ਕੀ ਚਾਹੀਦਾ ਤੁਹਾਨੂੰ, ਬੀ ਸੀ, ਸੀ ਇੱਥੋਂ ਲੈ ਲਓ ਅਤੇ ਬੀ ਇੱਥੇ ਲਿਖ ਦਿਓ, ਬੀ ਸੀ। ਤਿੰਨਾਂ ਦਾ ਕੀ ਕਰ ਦਿਓ, ਐਗਜ਼ੋਰ ਕਰ ਦਿਓ, ਤਾਂ ਇਹ ਤੁਹਾਡਾ ਬਣ ਗਿਆ ਬਾਰੋ। ਇਹ ਸੀਗਾ ਤੁਹਾਡਾ ਹਾਫ ਫੁੱਲ ਸਬਟਰੈਕਟਰ। ਇੱਥੇ ਆ ਗਿਆ ਤੁਹਾਡਾ ਏ ਬਾਰ ਬੀ, ਇੱਥੇ ਕੀ ਆ ਗਿਆ ਤੁਹਾਡਾ ਏ ਬਾਰ ਸੀ, ਅਤੇ ਇੱਥੇ ਕੀ ਆ ਗਿਆ ਬੀ ਸੀ, ਤਾਂ ਇਹ ਬਣ ਗਿਆ ਤੁਹਾਡਾ ਫੁੱਲ ਸਬਟਰੈਕਟਰ। ਤਾਂ ਹਾਫ ਐਡਰ ਦੇ ਕੀ ਐਕਸਪ੍ਰੈਸ਼ਨ ਸੀਗੇ, ਹਾਫ ਐਡਰ ਦੇ ਵਿੱਚ ਸਮ ਇਜ਼ੀਕਲ ਟੂ ਕਾਹਦੇ ਬਰਾਬਰ ਸੀਗਾ, ਏ ਐਗਜ਼ੋਰ ਬੀ, ਕੈਰੀ ਇਜ਼ੀਕਲ ਟੂ ਕਿਹਦੇ ਬਰਾਬਰ ਸੀਗਾ, ਏ ਐਂਡ ਬੀ। ਹਾਫ ਸਬਟਰੈਕਟਰ ਦੇ ਵਿੱਚ ਡਿਫਰੈਂਸ ਇਜ਼ੀਕਲ ਟੂ ਕਿਹਦੇ ਬਰਾਬਰ ਸੀਗਾ, ਏ ਐਗਜ਼ੋਰ ਬੀ, ਅਤੇ ਬਾਰੋ ਕਿਹਦੇ ਬਰਾਬਰ ਸੀਗਾ, ਏ ਬਾਰ ਐਂਡ ਬੀ, ਹਾਫ ਸਬਟਰੈਕਟਰ। ਇਹਦੇ ਬਾਅਦ ਫੁੱਲ ਐਡਰ ਦੇ ਵਿੱਚ ਸਮ ਕਿਹਦੇ ਬਰਾਬਰ ਸੀਗਾ, ਏ ਐਗਜ਼ੋਰ ਬੀ ਐਗਜ਼ੋਰ ਸੀ, ਅਤੇ ਕੈਰੀ ਕਿਹਦੇ ਬਰਾਬਰ ਸੀ ਫੁੱਲ ਐਡਰ ਦੇ ਵਿੱਚ, ਏ ਬੀ ਔਰ ਬੀ ਸੀ ਔਰ ਸੀ ਏ ਬੀ ਔਰ ਬੀ ਸੀ ਔਰ ਸੀ ਏ। ਅਤੇ ਫੁੱਲ ਸਬਟਰੈਕਟਰ ਦੇ ਵਿੱਚ ਕੈਰੀ ਸਮ ਡਿਫਰੈਂਸ ਕਿਹਦੇ ਬਰਾਬਰ ਹੈ,
ਫੁੱਲ ਸਬਟਰੈਕਟਰ ਦੇ ਵਿੱਚ ਇਹ ਬਰਾਬਰ ਹੀ ਹੁੰਦਾ ਇਹਦੇ, ਏ ਐਗਜ਼ੋਰ ਬੀ ਐਗਜ਼ੋਰ ਸੀ, ਅਤੇ ਜਿਹੜਾ 12 ਕਿਹਦੇ ਬਰਾਬਰ ਸੀ ਇਹਦਾ, 12 ਇਜ਼ ਇਕੁਅਲ ਟੂ ਸੀਗਾ ਏ ਬਾਰ ਬੀ ਔਰ ਬੀ ਸੀ ਔਰ ਜਿੱਥੇ ਸੀ ਏ ਸੀਗਾ ਉੱਥੇ ਕੀ ਕਰਤਾ ਏ ਬਾਰ ਕਰਤਾ। ਇਹਦੇ 'ਚ ਸੀਗਾ ਏ ਬੀ ਬੀ ਸੀ ਸੀ ਏ, ਸਿਰਫ ਏ ਦਾ ਬਾਰ ਬਣਿਆ, ਏ ਬਾਰ ਬੀ ਬੀ ਸੀ ਉਵੇਂ ਹੈ, ਸੀ ਏ ਸੀ ਏ ਦਾ ਬਾਰ ਬਣ ਗਿਆ। ਠੀਕ ਹੈ, ਇਹਦੇ ਵਿੱਚ ਸਿਰਫ ਏ ਚੇਂਜ ਹੋਇਆ, ਏ ਦਾ ਏ ਬਾਰ ਬਣਿਆ, ਬਾਕੀ ਕੁਛ ਨਹੀਂ ਆ। ਹਾਫ ਸਬਟਰੈਕਟ ਅਤੇ ਫੁੱਲ ਸਬਟਰੈਕਟ ਦੇ ਵਿੱਚ ਕੋਈ ਡਿਫਰੈਂਸ ਨਹੀਂ, ਸਮ ਵੀ ਉਨਾ, ਡਿਫਰੈਂਸ ਵੀ ਉਨਾ, ਕੈਰੀ ਵੀ ਉਨਾ, ਇਹਦਾ 12 ਵੀ ਉਨਾ। ਇਹਦਾ ਜਦੋਂ ਇਹ ਬਣਾਉਣਾ ਤਾਂ ਏ ਬਾਰ ਬਣ ਜੂਗਾ। ਇਹਦੇ 'ਚ ਸਮ ਏ ਐਗਜ਼ੋਰ ਬੀ ਐਗਜ਼ੋਰ ਸੀ, ਇਹ 'ਚ ਡਿਫਰੈਂਸ ਉਨਾ ਹੀ ਹੈ। ਇਹਦੇ 'ਚ ਕੈਰੀ ਸੀਗਾ ਏ ਬੀ ਬੀ ਸੀ ਸੀ ਏ, ਇਹਦੇ 'ਚ ਏ ਬਾਰ ਬੀ ਬੀ ਸੀ ਅਤੇ ਸੀ ਏ ਬਾਰ, ਸਿਰਫ ਏ ਨੂੰ ਚੇਂਜ ਕੀਤਾ ਏ ਬਾਰ, ਬਾਕੀ ਦੋਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੈ। ਇਹ ਸੀਗਾ ਤੁਹਾਡਾ ਹਾਫ ਸਬਟਰੈਕਟਰ, ਫੁੱਲ ਸਬਟਰੈਕਟਰ, ਹਾਫ ਐਡਰ, ਫੁੱਲ ਐਡਰ। ਥੈਂਕ ਯੂ।